ਚੱਲ ਤਾਂ ਬੇਹਬਰ ਠੀਕ ਹੈ। ਮੈਂ ਤੁਹਾਡਾ ਵੀਰ ਆਮਰ ਹਾਂ, ਤੁਹਾਡੇ ਤੋਂ ਬਹੁਤ ਯੂਟਿਊਬ ਚੈਨਲ ਕੇ ਦੇਸੀ ਵਲੌਗ ਅਤੇ ਹੁਣ ਦੀ ਸ਼ੁਰੂ ਕਰੇ ਨੇ ਮਜ਼ੇਦਾਰ ਵੀਡੀਓ। ਸਵੇਰ ਸਵੇਰ ਦਾ ਟਾਈਮ ਹੈ, ਇੰਝ ਟਾਈਮ ਆ ਗਏ ਆਪਣੀ ਡਿਊਟੀ 'ਤੇ ਟਿਊਬਵੈਲ ਦੇ ਉੱਤੇ, ਅਤੇ ਜਾਨਵਰਾਂ ਦਾ ਗੁਜ਼ਾਰਾ ਸੰਭਾਲ ਕਰਨ ਦੇ ਪਏ ਹਾਂ। ਅਲਹਮਦੁਲਿਲਾ ਜਾਨਵਰ ਠੀਕ ਤਾਂ ਖੜ੍ਹੇ ਹੁੰਦੇ, ਥੋੜ੍ਹੀ ਥੋੜ੍ਹੀ ਸਰਦੀ ਮਹਿਸੂਸ ਨਹੀਂ ਖੜ੍ਹੀ ਹੈ। ਇਹ ਕੰਮ ਦੇ ਖੜ੍ਹੇ ਹਨ। ਉਹ ਬੋਲੀ ਤੂੰ ਕਿਉਂ ਕੰਮ ਦਿਖਣੀ ਹੈ, ਇਹ ਜ਼ਰਾ ਕੰਮ ਦੇ ਖੜ੍ਹੇ ਹਨ। ਇਹ ਆਦਿ ਜਿਹੜਾ ਹੈ ਅੱਲਾਹ ਸਹੀ ਦੇਹ ਕੱਢੇ, ਅੱਲਾਹ ਤਾਲਾ ਵੱਲ ਦੇਹ ਕੱਢੇ ਸੀ ਤਾਂ ਕੋਈ ਕਰਮ ਤੀ ਸੀ। ਅਤੇ ਵੀਰਾ ਉਹ ਤੁਸਾਂ ਤਾਂ ਸਰਦੀ ਦੇ ਵਿੱਚ ਲੁਕਿਆ ਪਿਆ, ਉਸ ਅਸਾਂ ਵੀ ਜੈਕਟਾਂ ਜਰਸਿਆਂ ਪਾਤੀ ਖੜ੍ਹੇ ਹਾਂ, ਲੇਕਿਨ ਹਿੰਮਤ ਇਨ੍ਹਾਂ ਜਾਨਵਰਾਂ ਦੀ ਹੈ, ਇਹ ਸਰਦੀ ਦੇ ਵਿੱਚ ਵੀ ਆਰਾਮ ਕਰਦੇ ਖੜ੍ਹੇ ਹਨ, ਛੋਦੇ ਕੰਬਦੇ ਘੁੰਮਦੇ। ਇਹ ਨਾਲ ਕੁੱਕੜੀਆਂ ਸਵੇਰੇ ਨਾਲ ਬੰਦਰ ਦੇ ਵਿੱਚ ਵੜਿਆ ਖੜ੍ਹੇ ਹਨ, ਅਤੇ ਗਾਹ ਕੋ ਖਾਣੀਆਂ ਪੀਣੀਆਂ ਪੀਆਂ, ਟੋਕਾ ਕੋ ਸੈਲਜ ਹੈ ਪੀਆਂ, ਸੈਲਜ ਕੋ ਫਰੋਲਾ ਫਰਾ ਲਿਖ ਕੇ ਪੀਆਂ। ਅਤੇ ਇਹ ਬੈਠੇ ਸਾਡਾ ਡੋਗੀ, ਇਹ ਡੋਗੀ ਅਤੇ ਇਹ ਸਾਡਾ ਬੈਠੇ ਡੋਗੀ, ਚਲੋ ਡੋਗੀ ਵੀ ਕੰਬਦਾ ਬੈਠੇ, ਦੋ ਰੋਟੀਆਂ ਸਵੇਰ ਨਾਲ ਗੱਤੀਆਂ, ਦੋ ਰੋਟੀਆਂ ਖਾ ਅਤੇ ਵੱਲ ਵੀ ਇਹ ਕੰਬਦਾ ਬੈਠੇ। ਅਤੇ ਇਹ ਸਹੀ ਸਾਡੀ ਖੜੀ ਹੈ ਕੱਟੀ ਸ਼ਰੀਫ। ਓਏ ਭੋਲੂ, ਕਿਆ ਹਾਲ ਹੈ ਤੇਰਾ, ਤੂੰ ਠੀਕ ਹੈ? ਇਹ ਮੇਰੀ ਕੱਟੀ ਖੜੀ ਹੈ ਭੋਲੀ, ਗੁੰਨੀ ਗੁੰਨੀ ਕੱਟੀ ਹੈ ਸਹੀ, ਅਤੇ ਇੱਕੋ ਲੱਗੀ ਖੜੀ ਹੈ ਸਰਦੀ, ਸਵੇਰ ਨਾਲ ਕੰਬਦੀ ਖੜੀ ਆਈ। ਮੈਂ ਹਾਂ ਹਾਂ, ਤੈਂ ਕੰਬਣਾ ਨਹੀਂ, ਪਿਆਰੀ ਪਿਆਰੀ ਸੀ ਕੱਟੀ ਹੈ ਮੇਰੀ, ਪਿਆਰੀ ਪਿਆਰੀ ਸੀ। ਇਹ ਸਹੀ ਗੁੰਨਾ ਗੁੰਨਾ ਵੱਛਾ, ਇਹ ਵੀ ਗੁੰਨਾ ਗੁੰਨਾ ਵੱਛਾ। ਓਏ ਓਏ ਬਬਲੂ, ਓਏ ਬਬਲੂ, ਬਬਲੂ ਡਰਦਾ। ਅਤੇ ਇਹ ਆਪਣੇ ਸਹੀ ਕੁੱਕੜੀਆਂ ਵਧੀਆ ਤਾਂ ਠੀਕ ਵਧਣ, ਤਾਂ ਬੱਚੇ ਛੋਟੇ ਵਧਣ, ਡੂ ਉਹ ਵਧਾ ਹੀ ਮੈਂ ਇਕੱਠੇ ਥਾ ਵਧਣ। ਸਵੇਰ ਦਾ ਟਾਈਮ ਹੈ ਪਿਆ ਅਤੇ ਜਨਾਬ ਅਸਾਂ ਆਏ ਵਧਾ ਹੀ ਟਾਈਮ ਸਬਜ਼ੇ ਦੇ ਵਿੱਚ, ਅਤੇ ਦਿਲ ਕਰਨ ਦੇ ਜੋ ਮੈਂ ਸਬਜ਼ੇ 'ਚ ਵਧੇ ਰਹੂੰ, ਦੂਰੋਂ ਖੁਸ਼ ਥੀਂਦਾ ਪਏ ਫਿਰਾਵੋ, ਕਿਉਂਕਿ ਜੱਟ ਬੰਦੇ ਐਂ ਦਿਲ ਕਰਨ ਦੇ ਮੈਂ ਸਬਜ਼ੇ ਦੇ ਵਿੱਚ ਵਧੇ ਰਹੂੰ, ਜ਼ਰਾ ਘੁੰਮੋ ਫਿਰੂੰ, ਜ਼ਰਾ ਵਰਦਿਸ਼ ਹੀ ਥੀ ਪੈਂਦੀ ਹੈ ਅਤੇ ਨਾਲ ਸੰਭਾਲ ਵੀ ਥੀ ਪੈਂਦੀ ਹਰ ਸ਼ਾਹ ਦੀ। ਗਾਹ ਕੁੱਥੀ ਗਿਆ ਪੂਰਾ ਮਹੀਨਾ, ਪੂਰਾ ਮਹੀਨਾ ਥੇ ਗਿਆ ਗਾਹ ਕੋ, ਅਤੇ ਗਾਹ ਪਾ ਛੋਟਾ ਛੋਟਾ, ਮੈਂ ਕਿਵੇਂ ਕਰਨੇ ਅੱਜ ਖਾਦ ਗਿਣਾ ਨੇ, ਅਤੇ ਅੱਜ ਕਾਲੂ ਕੋ ਆ ਕੇ ਮੈਂ ਕਿਹਾ ਯਾਰ ਮੈਂ ਕਰ ਅੱਜ ਗਿਣਾ ਖਾਦ, ਖਾਦ ਗਿਣਾ ਉਵੇਂ ਦੇ ਗਾਹ ਦੇ ਵਿੱਚ ਖਾਦ ਸੱਟੂ ਚਾਹ, ਅਤੇ ਨਾਲ ਜਿਹੜਾ ਹੈ ਨਾ ਇਹਦੇ ਵਿੱਚ ਸੱਟੂ ਚਾਹ, ਕਣਕ ਕੋ ਪੀ ਲੈਣੇ, ਕਣਕ ਦਾ ਖਾਦ ਗਿਣਾ ਨੇ, ਕਣਕ ਦੀ ਖਾਦ ਖੈਰ ਅਲਹਮਦੁਲਿਲਾ ਅੱਜ ਤਾਂ 15 ਦਿਨ ਪਹਿਲੇ ਦਾ 14,000 ਰੁਪਇਆ ਹੀ ਪਿਆ, ਹੁਣ ਅੱਜ ਦਾ ਰੇਟ ਮੈਂ ਪਤਾ ਕੀਤਾ 11,700 ਰੁਪਏ ਪਿਆ। ਚਲੋ ਇਹ ਵੀ ਬਹੁਤ ਅੱਛਾ ਠੀਕ ਹੈ, ਜੋ ਰੇਟ ਠੀਕ ਥੀ ਗਏ 11,700 ਰੁਪਇਆ ਡੀ ਏ ਪੀ ਦਾ। ਕਣਕ ਦੇ ਵਿੱਚ ਡੀ ਏ ਪੀ ਛੱਡਣੀ ਵੀ ਲਾਜ਼ਮੀ ਹੁੰਦੀ ਹੈ ਬਈ, ਫਿਰ ਆਓ ਕਾਸ਼ਕਾਰ, ਫਿਰ ਆਓ ਬਈ ਪਾਇਓ ਉਹ। ਅੱਜ ਪਲੈਨ ਹੈ ਕਣਕ ਸਹੀ, ਅੱਜ ਚਪਾਰੀ ਡਿਪਟੀ ਸੀ ਕਣਕ ਦੇ ਵਿੱਚ, ਕਣਕ ਪੀ ਲਵੇ ਨੇ, ਖਾ ਚਾਹ ਨੇ, ਅਤੇ ਨਾਲ ਗਾਹ ਵੀ ਪਿਲਵੇ ਨੇ, ਅੱਲਾ ਸਿੰਦੇ ਵੀ ਕੱਢਣ ਦਾ ਪਏ ਖੈਰ। ਅਤੇ ਉਵੇਂ ਕਣਕਾਂ ਵਾਸਤੇ ਤਾਂ ਝੜ ਦਾ ਬਹੁਤ ਫਾਇਦਾ ਹੈ ਪਿਆ, ਫਸਲ ਗੰਦਾ ਦੀ ਫਸਲ ਵਾਸਤੇ ਤਾਂ ਝੜ ਦਾ ਬਹੁਤ ਫਾਇਦਾ ਹੈ ਪਿਆ। ਅਤੇ ਉਵੇਂ ਵੱਲ ਬੰਦੇ ਤਾਂ ਵੱਲ ਸਰਦੀ ਦੇ ਵੱਲ ਦਿਲ ਕਰਨ ਦੇ ਬਈ ਥੋੜ੍ਹੀ ਹੋਵੇ, ਸਰਦੀ ਤਾਂ ਲੱਗਦੀ ਹੈ ਬੰਦਿਆਂ ਕੋ ਤਾਂ ਸਰਦੀ ਲੱਗਦੀ ਹੈ, ਲੇਕਿਨ ਫਸਲ ਵਾਸਤੇ ਠੀਕ ਹੈ ਮੌਸਮ, ਸਰਦੀ ਦਾ ਮੌਸਮ ਫਸਲ ਵਾਸਤੇ ਬਹੁਤ ਹੀ ਬਿਹਤਰ ਹੈ ਪਿਆ। ਚਾਚਾ ਨੂਰਮੰਦ ਹਾਂ ਕੋਲ, ਅਤੇ ਇਹਨਾਂ ਨਾਲ ਲੈਣੇ ਜ਼ਰਾ ਗੱਪ ਸ਼ੱਪ, ਇਹ ਖੜ੍ਹਾ ਹੈ ਇਕੱਲਾ, ਮੈਂ ਆਖਿਆ ਵੱਲੋ ਉਸ ਨਾਲ ਜ਼ਰਾ ਗੱਪ ਸ਼ੱਪ ਲਾਉਂ, ਸੁਣਾਓ ਉਸ ਨਵੀਂ ਥਾਂ ਬੈਠੇ ਕੁੰਡਾ ਮਾਰ ਤੇ ਸੁੱਤਾ ਪਏ, ਅੱਛਾ ਮਾਰੀ ਵੀ ਕੁੰਡਾ ਪਏ, ਅਸੀਂ ਕਿਆ ਹਾਲ ਹੈ, ਚੰਗੇ ਹਾਲ ਹੈ ਤੇ ਠੀਕ ਹੈ ਸ਼ੁਕਰ ਚ ਅਲਹਮਦੁਲਿਲਾ, ਜਿਹੜਾ ਝੱਟ ਮੌਲਾ ਦਾ ਉਹਦਾ ਦਰਾ ਪੈ ਵਾ ਪਏ, ਮੌਜਾਂ ਮੌਜਾਂ।
ਅਨ ਮਦੇ ਕਰੇ ਨੇ ਖੜੇ ਸੇ ਨਾਸ਼ਤਾ ਪਾਣੀ ਕੋ ਚਾਹ ਕੋ ਨਾ ਹੁਣ ਨਾ ਸੀ ਹੁਣ ਨਾ ਸੀ ਉਹ ਨੂਰ ਖਾਂ ਇਹ ਖੜੇ ਕਪੜੇ ਇਹ ਡਾਢੀ ਬੱਧੀ ਖੜੀ ਇਹ ਸਾਹਮਣੇ ਖੜੇ ਦੇਣ ਲਾ ਕੋ ਨਹੀਂ ਨਾ ਸਹੀ ਹਾਂ ਇਹ ਹੋ ਖੜੇ ਬਸ ਇਹ ਵਾਲੇ ਜਿਹੜਾ ਨਾ ਸਰਦੀ ਉਹ ਸਹੀ ਵਾਲੇ ਸਰਦੀਆਂ ਦੇ ਵਿੱਚ ਡਾੜਾਂ ਛਾੜੀਆਂ ਵੱਡੇ ਹੁੰਦੇ ਨੇ ਪਿਆ ਸਾਦੇ ਡਿਠੇ ਵੇ ਜੀ ਆ ਸਾਰੀ ਡਾੜੀ ਬੱਧੀ ਖੜੀ ਹੈ ਖਾ ਰਹੇ ਵਾਲੇ ਅਸਾਂ ਦਾ ਬੁੱਢੜੇ ਬੰਦੇ ਥਿਓ ਸੇ ਮਰੇ ਖੜੇ ਕਰੇ ਨਹੀਂ ਆਹੀਂ ਉਹ ਸਹੀ ਬਜ਼ੁਰਗ ਜਿਹੜੇ ਹੁੰਦੇ ਨਾ ਹਾਂ ਸਰਦੀਆਂ ਦੇ ਵਿੱਚ ਲੁੱਕ ਪਾਉਣੇ ਦਾੜੇ ਵੱਲ ਬਣਵਾ ਕੇ ਨਾ ਖੈਰ ਹੈ ਕੋਈ ਮਸਲਾ ਨਹੀਂ ਕਰਿਓ ਤੁ ਅੱਲਾ ਦਾ ਆਸਰਾ ਬਲਕਿ ਮੈਂ ਤਾਂ ਦਾੜੇ ਰੱਖ ਦੋ ਰਖਾ ਦਿਓ ਹਾਂ ਰਖਾ ਦੋ ਚਲੋ ਉਹ ਰਖਾ ਦੇਨੇ ਬਾਬਾ ਹਾਂ ਦਾੜੇ ਰਖਾ ਦੋ ਅੱਜ ਬਾਤ ਥੋੜੇ ਨਾ ਸਹੀ ਜਾ ਜਾ ਪਿਛਲਾ ਪਾਰ ਆਈ ਥੀ ਆ ਦਰਦਾ ਮਾਰਾ ਹਾਂ ਚਲੋ ਠੀਕ ਹੈ ਪਿਛਲੇ ਪਾਰ ਸਹੀ ਖਾਦਾ ਕਰੋ ਸੋਨ ਹਲਵਾ ਸੋ ਸੋਮ ਗਿਆ ਤੇ ਖੀਰ ਪੀ ਤੇ ਸਮ ਗਿਆ ਮਾਂ ਦਾ ਖੀਰ ਮਾਂ ਸ਼ਾਮ ਕੋ ਮਿਲਦੀ ਸਵੇਰੇ ਮਿਲਦੀ ਹੈ ਸ਼ਾਮ ਕੋ ਮਿਲਦੀ ਹੈ ਸ਼ਾਮ ਕੋ ਖੀਰ ਝਲੈਂਦਾ ਹੋਣਾ ਅੱਛਾ ਚਾਹ ਪਾਣੀ ਪੀਤਾ ਸਕੂਨ ਕੀਤਾ ਪੀ ਬੈਠਾ ਨਾ ਕਿ ਨਹੀਂ ਗਿਆ ਨਾ ਮੰਜੇ ਕੋ ਆਇਆ ਹਾਂ ਗਾਲ ਸਹੀ ਹੈ ਜਾਲ ਹੀ ਜਾਂ ਨੂਰ ਹੈ ਬਿਆ ਠੀਕ ਹੈ ਸ਼ੁਕਰ ਹੈ ਅੱਛਾ ਦੁਆਈ ਤੁਹਾਡੀਆਂ ਫੇਰ ਤਾਂ ਲੱਗ ਖੜਾ ਸਰਦੀ ਮੌਸਮ ਦਾ ਮੇਵਾ ਜਿੱਥੇ ਆ ਜਾ ਬਾਲੂ ਅੱਬਾ ਐਸੇ ਹੀ ਦਿਹਾਤਾਂ ਦੇ ਵਿੱਚ ਵਾਲੇ ਦੂਵੇਂ ਛੂਵੇਂ ਹੁੰਦੇ ਨੇ ਪਏ ਧੂੰਆਂ ਲੱਗਾ ਪਏ ਜਾਨਵਰਾਂ ਦਾ ਬਾਣ ਦੇ ਵਿੱਚ ਮੌਜਾਂ ਹਨ ਪਿਆ ਅਬਾ ਬਾਲੂ ਨਾ ਧੂੰਆਂ ਧੂੰਆਂ ਸਹੀ ਬਹੁਏ ਅੱਗੇ ਪਾਏ ਧੂੰਆਂ ਚਲੋ ਠੀਕ ਹੈ ਸਹੀ ਬਾਸ ਪਾਏ ਹਾਲੀ ਤੇ ਸਿੱਕੇ ਦੇ ਪਏ ਸਵੇਰ ਨਾਲ ਪਾਲਾ ਜੀ ਆ ਸਰਦੀ ਹੈ ਭਾਈ ਕਸ਼ੁਕਾ ਕਾਨੀ ਹੁੰਦਾ ਕੋ ਫਿਰ ਗੱਡੇ ਪੱਖੇ ਨਾ ਉਹਨਾਂ ਹੁਕਾ ਬਣਵਾ ਗਿਆ ਨਾ ਵੇ ਹੁਕਾ ਹੁਕਾ ਤਾਂ ਉਹ ਖੜੇ ਤਮਾਕੂ ਮੁੱਕ ਗਏ ਅੱਛਾ ਤਮਾਕੂ ਹੁਣ ਮਕਾਈ ਵੇਚੀ ਸੀ ਤਮਾਕੂ ਘਿੰਟੂ ਅੱਛਾ ਬਲ ਹੁੱਕਾ ਚਲੇ ਤੂੰ ਹੁਣ ਸਿਗਰਟ ਬਖ ਅੱਛਾ ਖੜੇ ਨਾ ਆਪਣੇ ਗੋਲੂ ਸਿਗਰਟ ਬੀਆ ਗਿਆ ਹੁੱਕੇ ਦਾ ਸਿਸਟਮ ਬੰਦ ਹੈ ਤਮਾਕੂ ਮੁੱਕ ਗਏ ਹਾਂ ਹੁੱਕਾ ਨਵਾਂ ਨਹੀਂ ਕਿਹਾ ਜੋ ਨਾ ਪੁਰਾਣਾ ਹੀ ਅੱਛਾ ਫੁੱਲ ਨਵਾਂ ਹੀ ਹੁੱਕਾ ਤੇ ਰਿਵਾਜ ਬਹੁਤ ਪੁਰਾਣਾ ਹੈ ਸਹੀ ਅੱਜ ਭਾਈ ਜਾਨ ਤੋਂ ਕੋਈ ਇੱਕ ਵਿਵਰ ਅੱਜ ਇੱਕ ਖੁਸ਼ਖਬਰੀ ਹੈ ਭਾਈ ਹੇ ਤਾਈ ਮੈਂ ਛੋਟੇ ਜਿਹੀ ਅਤੇ ਅੱਜ ਇੱਕ ਗਿੰਦ ਪਏ ਹੈ ਗਾਂ ਅਤੇ ਗਾਂ ਜਿਹੜਾ ਹੈ ਅੱਜ ਗਿੰਦ ਪਏ ਹੈ ਮਹੀਨਾ ਕੁ ਦੇਰ ਹੈ ਮਹੀਨਾ ਬਾਅਦ ਵਿਆਹ ਪੋਸੀ ਬੜੀ ਸੋਹਣੀ ਗਾਂ ਹੈ ਪਿਛਲੇ ਜਾਣਾ ਦੇ ਵਿੱਚ ਜਿਹੜਾ ਹੈ ਨਾ ਇੱਕ ਝੋਟ ਵੇਚੀ ਹਾਮੀ ਅਤੇ ਮਲ ਮਾਇਆ ਥਾਂ ਚਲੋ ਪੈਸੇ ਮੈਂ ਗੱਲ ਵੈਸਨ ਚਲੋ ਵਾਹ ਗਿਆ ਗਿਣ ਗਿਨੂੰ ਲਿਆਰੀ ਗਿਣ ਗਿਨੂੰ ਗਾਂ ਲਿਆਰੀ ਗਿਣ ਗਿਨੂੰ ਲਿਆਰੀ ਗਾਂ ਮਾਇਆ ਚਲੋ ਗਿਣ ਗਿਨੂੰ ਅਤੇ ਅੱਜ ਵੱਲ ਤੁਹਾਕੂ ਛੋਟੀ ਜਿਹੀ ਮੈਂ ਸਰਪ੍ਰਾਈਜ਼ ਸਾਰੇ ਆਪਣੇ ਆਪਣੇ ਘਰਾਂ ਵਾਸਤੇ ਹੈ ਭਾਈ ਅੱਗੇ ਵੀ ਲਿਆਰੀਆਂ ਤਾਂ ਹਨ ਪਿਆ ਚਲੋ ਇਹ ਵੀ ਮਾਇਆ ਕੇ ਚਲੋ ਹੈ ਗਾਂ ਬਈ ਵੀ ਗਿਣ ਗਿਨੂੰ ਬੰਦਾ ਹੈ ਪਿਆ ਖੜਾ ਹੈ ਪਿਆ ਚਲੋ ਭਾਈ ਉਹ ਬੰਦਾ ਵੀ ਖੜਾ ਹੈ ਉਹ ਤਨਖਾਹ ਵੀ ਭਰੇ ਨੇ ਚਲੋ ਕੋਈ ਤਾਂ ਫਾਇਦਾ ਹੋਵੇ ਵੱਲ ਜਾਨਵਰ ਚੰਗੇ ਭੱਲੇ ਹੋਵੇ ਨਾ ਕਿਉਂਕਿ ਇਨਕਮ ਇਤਨੇ ਨਿਕਲੇ ਕਿ ਉਸ ਹਾਂ ਆਉਂ ਨੌਕਰ ਦੀ ਤਨਖਾਹ ਵੀ ਘੱਟ ਗਈ ਨੂੰ ਅਤੇ ਨਾਲ ਸਾਕੂ ਵੀ ਵਿਚਾਰਾ ਰੋਜ਼ੀ ਬਚ ਮੰਜੇ ਆਓ ਜਨਾਬ ਆਓ ਫਿਰ ਆਓ 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 ਠੀਕ ਹੈ ਰਾਜੀ ਮਤਲਬ ਹੈ ਤਬੀਤਾਂ ਠੀਕ ਹੈ ਨਾ ਠੀਕ ਹੈ ਸਲਾਮ ਕਰੋ ਜਾ ਬਿਆ ਠੀਕ ਹੈ ਚੋਰਾਂ ਦੀ ਰਾਤ
ਜਾਗ ਰੱਖ ਕਰ ਹਾਂ 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 ਜਾਗ ਰੱਖ ਯਾਰ ਜਿਹੜੀ ਸੇ ਮੰਨੇ ਨਾ کپ چفیرو حویلی ولوا جندرا جا مر سکون چفیرو حویلی فلو سی ہاں فل دے دے فل کوٹ دے جندرا مار کر سو گیٹ لگا چلو شکر ہے ٹھیک ہے ٹھیک ہے ٹھیک ہے مہربانی جوان دسے نہ پیا ہائی رات اپنے ہمسایاں دے کول سی رات دا جڑا نا دو دا ٹائم ہائی تے آگن چور تے چور کھلے نے پین ٹرا فارم آئیں تے قابل کھولی بیٹھیاں تے نال جوان سو جاگ تھی پین ٹھاک شاک کتنے جا پھر ہنے ہندا پیا کسی مائی وال تے جانے ہائی بارے بجلی تو باہر وال گیا تو والتے گیا تو میں اگو جوان ٹھاک شاک کرنا پیا بولڈ چکی پیا اج کل حالات تو یہ پائے تو براو تساں بھی ویورو تساں بھی ذرا احتیاط کیتا کرو اج کل جڑے حالات ہیں پائے دھند ہے پائی تو ٹیوب ویل کا ٹرافارم کا خیال کیتا کرو ٹرافارم تو منٹ لینے نے کھولنے والے بندے میرے بھی خیر دو جوان سمجھے تو ہیں میں تو رات کا گھر آنا پیا تو ٹویل دے دو بندے ہوندے ہیں دو بندے میں سمجھنا دو بندے سمجھنے بندے سجا کے میں کو رات کال کی ہاں آخ سی چور آئے دن اپنے ہمسایا کی بجلی سے میں کو دسا ہاں لیکن بھائی وہ تصا بھی خیال کیتا کرو اج کل جڑے حالات ہیں پائے خیال کیتا کرو تو امر ہاں کو دو اجازت اللہ سونے دے